ਬਰਨਾਲਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਸਮਰਥਨ ਮਿਲਿਆ ਜਦੋਂ ਹਲਕਾ ਇੰਚਾਰਜ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਰਹਿਨਮਾਈ ਹੇਠ ਉਹਨਾਂ ਦੀ ਚੰਡੀਗੜ੍ਹ ਰਹਿਇਸ਼ ਵਿੱਚ ਬਰਨਾਲਾ ਦੇ ਸਾਬਕਾ ਭਾਜਪਾ ਮੰਡਲ ਪ੍ਰਧਾਨ ਨਰਿੰਦਰ ਗਰਗ ਨੀਟਾ ਕਰੀਬ ਆਪਣੇ 5 ਦਰਜਨ ਸਾਥੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਸਰਦਾਰ ਕੇਵਲ ਢਿੱਲੋਂ ਨੇ ਸਾਰੇ ਹੀ ਆਗੂਆਂ ਦੇ ਵਿੱਚ ਗਲਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਸਰੋਪੇ ਪਾ ਕੇ ਉਹਨਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਸਵਾਗਤ ਕੀਤਾ। ਕੌਂਸਲਰ ਵਾਰਡ ਨੰਬਰ 8 ਮੈਂ ਹੁਣ ਨਵੀਆਂ ਇਲੈਕਸ਼ਨਾਂ ਦੇ ਵਿੱਚ ਆਜ਼ਾਦ ਤੌਰ 'ਤੇ ਵਾਰਡ ਨੰਬਰ 8 ਤੋਂ ਜਿੱਤ ਪ੍ਰਾਪਤ ਕੀਤੀ ਆ। ਇਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਵੀਰ ਪ੍ਰਕਾਸ਼ ਗਰਗ ਜੀ ਉਸੇ ਵਾਰਡ ਤੋਂ MC ਸੀਗੇ ਅਤੇ ਨਗਰ ਕੌਂਸਲ ਦੇ 5 ਸਾਲ ਵਾਈਸ ਪ੍ਰਧਾਨ ਰਹੇ ਨੇਗੇ। ਮੈਂ ਅੱਜ ਸਰਦਾਰ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਨੂੰ ਸਾਡੇ ਬਰਨਾਲੇ ਦੇ ਵਿੱਚ ਪ੍ਰਕਾਸ਼ ਪੁਰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਗਾ, ਪਿਛਲੇ 4 ਸਾਲਾਂ ਦੇ ਰਿਕਾਰਡ ਤੋਂ ਵਿਕਾਸ ਕਾਰਜਾਂ ਨੂੰ ਮੈਂ ਦੇਖਦੇ ਹੋਏ ਇਹ ਜਿਹੜਾ ਆਪਣੇ ਸਾਥੀਆਂ ਨਾਲ ਰਹਿ ਮਸ਼ਵਰਾ ਕਰਕੇ ਫੈਸਲਾ ਲਿੱਤਾ ਗਾ ਕਿ ਜਿਹੜਾ ਹੈਗਾ ਗਾ ਵੀ ਮੈਂ ਵੀ ਆਪਣੇ ਵਾਰਡ ਦੇ ਵਿਕਾਸ ਕਾਰਜ ਕਰਵਾਉਣੇ ਨੇਗੇ, ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣੇ ਨੇਗੇ। ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਮੈਂ ਅੱਜ ਹੈਗਾ ਗਾ ਨਿਰਸਵਾਰਥ ਜਿਹੜਾ ਕਾਂਗਰਸ ਪਾਰਟੀ ਦਾ ਪੱਲਾ ਫੜ ਰਿਹਾ ਗਾ ਅਤੇ ਮੈਂ ਢਿੱਲੋਂ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਗਾ ਵੀ ਜਿੱਥੇ ਵੀ ਮੇਰੀ ਡਿਊਟੀ ਲਾਉਣਗੇ ਦਿਨ ਰਾਤ ਮੈਂ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਦੂਸਰਾ, ਮੈਂ ਇਲੈਕਸ਼ਨ ਲੜੀ, ਮੈਨੂੰ BJP ਵੱਲੋਂ ਐਨ ਮੌਕੇ 'ਤੇ ਆ ਕੇ ਘਰ ਆ ਕੇ ਬੜਾ ਪਰੇਸ਼ਾਨ ਕੀਤਾ ਗਿਆ, ਮੈਂਟਲੀ ਤੌਰ 'ਤੇ ਹਰਾਸਮੈਂਟ ਕੀਤਾ ਗਿਆ ਵੀ ਜਾਂ ਤਾਂ ਟਿਕਟ 'ਤੇ ਲੜ, ਨਹੀਂ ਅਸੀਂ ਤੇਰੇ ਮੁਕਾਬਲੇ ਹੋਰ ਕੋਈ ਬੰਦਾ ਖੜਾ ਕਰਾਂਗੇ ਭਾਵੇਂ ਸਾਨੂੰ ਕਾਂਗਰਸ ਤੋਂ ਲੈਣਾ ਪੈ ਜਾਵੇ। ਮੇਰੇ ਘਰ ਖੁਦ ਆ ਕੇ ਸਾਡੇ ਜਿਹੜੇ ਇੰਚਾਰਜ ਨੇਗੇ ਜ਼ਿਲ੍ਹੇ ਦੇ ਉਹਨਾਂ ਨੇ ਆ ਕੇ ਇਹ ਗੱਲ ਕਹੀ, ਨਾਲ ਜ਼ਿਲ੍ਹਾ ਪ੍ਰਧਾਨ ਵੀ ਸੀਗੇ ਮੇਰੀ, ਉਹਨਾਂ ਨੇ ਸਪੋਰਟ ਤਾਂ ਕੀ ਕਰਨੀ ਸੀ ਵੀ ਚਲੋ ਅੱਜ ਆਜ਼ਾਦ ਖੜਾ ਗਾ ਵੀ ਜਿੱਤ ਕੇ ਤਾਂ ਸਾਡਾ ਹੀ ਰਹਿਣਾ ਗਾ, ਪਰ ਮੈਨੂੰ ਮੇਰਾ ਉੱਧਰੋਂ ਤਾਂ ਮੇਰੇ 'ਤੇ ਹੁੰਦਾ ਹੀ, ਜਦੋਂ ਆਪਾਂ ਇਲੈਕਸ਼ਨ ਲੜਦੇ ਹਾਂ ਤਾਂ ਪ੍ਰੈਸਰ ਹੁੰਦਾ ਹੀ ਹੁੰਦਾ ਗਾ ਅਤੇ ਮੈਨੂੰ ਇਹਨਾਂ ਨੇ ਆਪ ਵੀ ਬੜਾ ਮੈਂਟਲੀ ਹਰਾਸਮੈਂਟ ਕੀਤਾ ਗਾ। ਉਸ ਤੋਂ ਮਗਰੋਂ ਜਿੱਤੋਂ ਤੋਂ ਬਾਅਦ ਮੈਨੂੰ ਕਰਨ ਢਿੱਲੋਂ ਜਿਹਾ ਖੜੇ ਨੇ, ਇਹਨਾਂ ਦਾ ਫੋਨ ਤਾਂ ਮੈਨੂੰ ਵਧਾਈਆਂ ਦਾ ਜ਼ਰੂਰ ਆਇਆ ਗਾ, ਪਰ ਮੇਰੀ ਪਾਰਟੀ ਨੇ ਕਿਸੇ ਨੇ ਮੈਨੂੰ ਵਧਾਈ ਤੱਕ ਦਾ ਫੋਨ ਨਹੀਂ ਕੀਤਾ ਗਾ, ਉਹ ਵੀ ਹੁੰਦਾ ਹੋਇਆ ਜੀ, ਸਾਰਾ ਕੁਝ ਹੋਇਆ। ਫਿਰ ਜਿਹੜਾ ਆਪਾਂ ਇਹ ਦੇਖੀ ਆ ਸਾਰਾ ਕਾਲਾ ਕਾਨੂੰਨ, ਜਿਹੜੇ 3 ਕਾਲੇ ਕਾਨੂੰਨ ਬਣਾਏ ਨੇਗੇ, ਕਿਸਾਨ ਤਾਂ ਵਿਚਾਰੇ ਪਹਿਲਾਂ ਹੀ ਪਰੇਸ਼ਾਨ ਸੀਗੇ, ਹੁਣ ਸਿੱਧੀ ਅਦਾਇਗੀ ਦੇ ਜਿਹੜਾ ਹੈਗਾ ਗਾ ਆਪਣਾ ਆੜ੍ਹਤੀ ਵਰਗ ਬਹੁਤ ਪਰੇਸ਼ਾਨ ਆ। ਮੇਰੇ ਨਾਲ ਆੜ੍ਹਤੀ ਦੇ ਆਏ ਨੇਗੇ, ਜਿੰਨੇ ਵੀ ਹੈਗੇ ਨੇ ਕਮਿਸ਼ਨ ਏਜੰਟ ਵੀ ਆਏ ਨੇਗੇ, ਉਹ ਵੀ ਬੜੇ ਪਰੇਸ਼ਾਨ ਆ, ਕਿਉਂਕਿ ਆੜ੍ਹਤੀਆਂ ਦੇ ਅਤੇ ਕਿਸਾਨਾਂ ਦਾ ਤਾਂ 9 ਮਾਸ ਦਾ ਰਿਸ਼ਤਾ ਗਾ, ਜੇ ਆਪਾਂ ਉਹ ਰਿਸ਼ਤਾ ਹੀ ਖਰਾਬ ਕਰਤਾ ਗਾ ਤਾਂ ਉਹ ਜਿਹੜਾ ਪੈਸਾ ਗਾ ਵਪਾਰ ਬਾਜ਼ਾਰ ਦੇ ਵਿੱਚ ਕਿੱਦਾਂ ਆਊਗਾ, ਫਿਰ ਸਾਡਾ ਸਾਰਿਆਂ ਦਾ ਜਿਹੜਾ ਰੋਜੀ ਰੋਟੀ ਆ ਕਿਸਾਨਾਂ ਦੇ ਸਿਰ 'ਤੇ ਚੱਲਦੀ ਆ, ਉਹਨਾਂ ਨੂੰ ਵੀ ਬੜੇ ਪਰੇਸ਼ਾਨ ਕੀਤਾ ਜਾ ਚੁੱਕਿਆ ਗਾ। ਅਤੇ ਅੱਜ ਜਿਹੜਾ ਹੈਗਾ ਗਾ ਇਕੱਠ ਹੈਗਾ ਬੜੇ ਸ਼ੋਰਟ ਟਾਈਮ ਦੇ ਵਿੱਚ, ਕੱਲ੍ਹ 2 ਘੰਟੇ ਦੇ ਵਿੱਚ ਹੀ ਸਾਡਾ ਪ੍ਰੋਗਰਾਮ ਬਣਿਆ ਗਾ, ਇਸ ਤੋਂ ਵੱਡਾ ਇਕੱਠ ਅਸੀਂ ਇਸ ਤੋਂ ਬਾਅਦ ਬਰਨਾਲੇ ਰੱਖਾਂਗੇ। ਤੁਹਾਨੂੰ ਮੈਂ ਦੱਸ ਦੇਵਾਂ ਵੀ ਜਦੋਂ 2005 ਦੇ ਵਿੱਚ ਢਿੱਲੋਂ ਸਾਹਿਬ MLA ਵੀ ਹੈ ਨਹੀਂ ਸੀਗੇ ਤਾਂ ਪਹਿਲੀ ਵਾਰੀ ਜਦੋਂ ਇਹਨਾਂ ਨੇ ਬਰਨਾਲੇ ਆਏ ਅਤੇ ਬਰਨਾਲੇ ਦੀ ਧਰਤੀ 'ਤੇ ਪੈਰ ਰੱਖਣ ਸਾਰ ਇਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਮੈਂ ਬਰਨਾਲੇ ਨੂੰ ਜ਼ਿਲ੍ਹਾ ਬਣਾਊਂਗਾ, ਤਾਂ ਤੁਹਾਡੇ ਵਿੱਚ 2007 ਦੇ ਵਿੱਚ ਆਊਂਗਾ ਵੀ ਨਹੀਂ ਮੈਂ ਬਰਨਾਲੇ ਨਹੀਂ ਆਊਂਗਾ। ਇਹਨਾਂ ਨੇ ਸਭ ਤੋਂ ਪਹਿਲਾਂ ਲੈ ਕੇ ਆਏ ਅਤੇ ਉੱਥੋਂ ਅਨਾਊਂਸ ਕਰਾਇਆ, ਤਾਂ ਸਾਡਾ ਜਿਹੜਾ ਹੈਗਾ ਉੱਥੇ ਜ਼ਿਲ੍ਹਾ ਬਣਿਆ। ਜ਼ਿਲ੍ਹਾ ਬਣਨ ਨਾਲ ਬਹੁਤ ਉੱਥੇ ਪ੍ਰੋਪਰਟੀ ਦਾ ਕੰਮ ਚੱਲਿਆ, ਹਰੇਕ ਵਰਗ ਦਾ ਕੰਮ ਚੱਲਿਆ, ਵਪਾਰੀ ਬੜੇ ਖੁਸ਼ ਹੋਏ ਨੇਗੇ ਜੀ। ਉਸ ਤੋਂ ਬਾਅਦ ਸਾਡੇ ਜਿਹੜਾ ਹੈਗਾ ਗਾ ਅੰਡਰ ਬ੍ਰਿਜ ਦਾ ਇੱਕ ਬਹੁਤ ਵੱਡਾ ਮਸਲਾ ਸੀਗਾ ਧਰੌਲਾ ਰੋਡ 'ਤੇ ਜੀ, ਬੜੀ ਉੱਥੇ ਟ੍ਰੈਫਿਕ ਜਾਮ ਰਹਿੰਦਾ ਸੀ, ਤੰਗ ਰੋਡ ਆ ਜੀ, ਉਹ ਇਹਨਾਂ ਨੇ ਆ ਕੇ ਬਣਾਈ ਜੀ। ਉਸ ਤੋਂ ਮਗਰੋਂ 107 ਕਰੋੜ ਰੁਪਏ ਦੀ ਲਾਗਤ ਨਾਲ STP ਬਣਾਇਆ ਗਿਆ ਜੀ, ਹੁਣ ਚਾਲੂ ਵੀ ਹੋ ਗਿਆ ਗਾ ਸਾਡੇ ਪੱਕਾ ਕਾਲਜ ਰੋਡ 'ਤੇ, ਕੱਚਾ ਕਾਲਜ ਰੋਡ 'ਤੇ, ਸਦਰ ਬਾਜ਼ਾਰ ਦੇ ਵਿੱਚ ਥੋੜ੍ਹਾ ਜਿਹਾ ਵੀ ਮੀਂਹ ਪੈਣ ਦੇ ਨਾਲ ਨਾਲ 3-3 ਫੁੱਟ 4-4 ਫੁੱਟ ਪਾਣੀ ਜਿਹੜਾ ਖੜ ਜਾਂਦਾ ਸੀ, ਦੁਕਾਨਦਾਰ ਬੜੇ ਪਰੇਸ਼ਾਨ ਸੀਗੇ। ਉਹ STP ਇਹਨਾਂ ਦੀ ਦੇਖ ਰੇਖ ਦੇ ਵਿੱਚ ਬਣਿਆ ਗਾ। ਇੱਕ ਸਾਡੇ ਮੇਰੇ ਘਰ ਦੇ ਵਾਰਡ ਦੇ ਵਿੱਚ 7.5 ਏਕੜ ਜਗ੍ਹਾ ਜਿਹੜੀ ਹੈਗੀ ਆ ਉਹ ਵਿਰਾਨ ਪਈ ਸੀਗੀ ਪਰ ਉਹ ਪੰਚਾਇਤੀ ਰਾਜ ਵਿਭਾਗ ਦੇ ਨਾਮ, ਉੱਥੇ ਪੰਚਾਇਤੀ ਰਾਜ ਵਿਭਾਗ ਵੱਲੋਂ ਕਹਿ ਰਹੇ ਸੀਗੇ ਵੀ ਜ਼ਿਲ੍ਹਾ ਪੁਲਿਸ ਦਾ ਦਫ਼ਤਰ ਬਣਾਉਣਾ ਹੈਗਾ। ਸਾਡੇ ਬਰਨਾਲੇ ਦੇ ਵਿੱਚ ਕੋਈ ਪਾਰਕ ਨਹੀਂ ਸੀਗਾ, ਢਿੱਲੋਂ ਸਾਹਿਬ ਦੀ ਨਿਗਾਹ ਦੇ ਵਿੱਚ ਆਇਆ ਵੀ ਆਪਾਂ ਕਿਉਂ ਨਾ ਇੱਥੇ ਜਿਹੜਾ ਹੈਗਾ ਗਾ ਸ਼ਹਿਰ ਵਾਸੀਆਂ ਨੂੰ ਇੱਕ ਤੋਹਫਾ ਦਿੱਤਾ ਜਾਵੇ। ਤਾਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਉਦੋਂ MLA ਸੀਗੇ ਢਿੱਲੋਂ ਸਾਹਿਬ, ਉੱਥੇ ਆਪਦੇ ਜਿਹੜੇ ਹੈਗੇ ਸ਼ਹਿਰ ਦੀ ਆਵਾਜ਼ ਉਠਾਉਂਦੇ ਸੀ, ਜ਼ਿਲ੍ਹੇ ਦੀ ਆਵਾਜ਼ ਉਠਾਉਂਦੇ ਸੀਗੇ ਵਿਧਾਨ ਸਭਾ ਦੇ ਵਿੱਚ। ਇਹਨਾਂ ਨੇ ਜੀ ਉੱਥੇ 7.5 ਏਕੜ ਦਾ ਜਿਹੜਾ ਮੁੱਦਾ ਚੁੱਕਿਆ ਵੀ ਵਿਧਾਨ ਸਭਾ ਦਾ ਪ੍ਰੀਸ ਜਿਹੜਾ ਜ਼ਿਲ੍ਹਾ ਪ੍ਰੀਸ ਦਾ ਦਫ਼ਤਰ ਆ ਉਹ ਆਪਾਂ DC ਦਫ਼ਤਰ ਦੇ ਵਿੱਚ ਆਪਣੇ ਇੰਨੇ ਦਫ਼ਤਰ ਖਾਲੀ ਪਿਆ ਵੀ ਉੱਥੇ ਤੁਹਾਨੂੰ ਜਗ੍ਹਾ ਦਵਾ ਦਿੰਦੇ ਹਾਂ, ਬਹੁਤ 2-3 ਦਫ਼ਤਰਾਂ ਦੀ ਲੋੜ ਹੁੰਦੀ ਆ ਵੀ ਆਪਾਂ 7.5 ਏਕੜ ਕਿਉਂ ਜਗ੍ਹਾ ਖਰਾਬ ਕਰਨੀ ਵੀ ਇਹਦੇ ਵਿੱਚ ਆਪਾਂ ਲੋਕਾਂ ਨੂੰ ਤੋਹਫਾ ਦਿੱਤਾ ਜਾਵੇ। ਤਾਂ ਉੱਥੇ ਜਿਹੜਾ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਉਠਾਇਆ, ਪਾਰਕ ਨਾਮ ਕਰਵਾਇਆ, ਪਾਰਕ ਬਣਵਾਇਆ, ਗ੍ਰਾਂਟ ਦਵਾਈ, ਅੱਜ ਉੱਥੇ ਜੀ ਦਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ, ਉੱਥੇ ਲੇਡੀਜ਼ ਬੱਚੇ ਬਜ਼ੁਰਗ ਇੰਨੇ ਜ਼ਿਆਦਾ ਸੈਰ ਕਰਨ ਆਉਂਦੇ ਨੇਗੇ। ਉਹ ਸਾਡਾ ਜਿਹੜਾ ਹੈਗਾ ਸਭ ਤੋਂ ਵੱਡੀ ਦੇਣ ਆ ਜ਼ਿਲ੍ਹੇ ਨੂੰ, ਆਪਣਾ ਬਰਨਾਲੇ ਨੂੰ ਢਿੱਲੋਂ ਸਾਹਿਬ ਵੱਲੋਂ। ਦੂਸਰੀ ਗੱਲ, ਜਦੋਂ ਵੀ ਅਸੀਂ ਇਹਨਾਂ ਨੂੰ ਕੋਈ ਵੀ ਕੰਮ ਕਿਹਾ ਗਾ, ਚਾਹੇ ਅਸੀਂ ਉਦੋਂ ਪਾਰਟੀ ਦੇ ਵਿੱਚ ਨਹੀਂ ਸੀਗੇ ਤਾਂ ਵੀ ਇਹਨਾਂ ਨੇ ਸਿਰ ਮੱਥੇ ਜਿਹੜਾ ਹੈਗਾ ਬਿਨਾਂ ਪਾਰਟੀ ਤੋਂ ਦੇਖੇ ਹੋਏ ਇਹਨਾਂ ਨੇ ਸਾਡੇ ਕੰਮ ਕੀਤੇ ਨੇਗੇ।
ਅਸੀਂ ਵੈਸੇ ਵੀ ਇੱਕੋ ਪਿੰਡਾਂ ਦੇ ਨਾਲ ਨਾਲ ਲੱਗਦੇ ਸਾਡੇ ਪਿੰਡ ਨੇਗੇ ਭਾਵੇਂ ਅਸੀਂ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਸੀਗੇ ਪਰ ਜਿਹੜੇ ਸਾਡੇ ਆਪਸੀ ਜਿਹੜੇ ਕੋਈ ਪਰਮਤ ਭੇਦ ਨਹੀਂ ਸੀਗੇ ਪਰਿਵਾਰਕ ਜਿਹੜੇ ਰਿਸ਼ਤੇ ਸਾਡੇ ਬੜੇ ਸੋਹਣੇ ਰਿਸ਼ਤੇ ਸੀਗੇ ਨੇਗੇ ਫਿਰ ਜਿਹੜਾ ਬੀਜੇਪੀ ਜਿਹੜਾ ਹੈਗਾ ਗਾ ਆਪਣੀ ਜਿਹੜੀ ਜ਼ਮੀਨ ਆ ਉਹ ਪੈਰਾਂ ਹੇਠ ਉਹਨਾਂ ਦੀ ਖੇਤੀ ਜਾ ਚੁੱਕੀ ਆ ਇਹ ਅੱਜ ਪ੍ਰਣਾਲੀ ਸ਼ੁਰੂਆਤ ਹੋਈ ਆ ਇਹਦੀ ਜਿਹੜੀ ਸ਼ੁਰੂਆਤ ਆ ਉਹ ਪੰਜਾਬ ਦੇ ਵਿੱਚ ਹੋਰ ਜ਼ਿਲ੍ਹਿਆਂ 'ਚ ਵੀ ਜਲਦੀ ਦੇਖਣ ਨੂੰ ਮਿਲੂਗੀ ਤੁਹਾਨੂੰ ਮੈਂ ਤਾਂ ਤੁਹਾਨੂੰ ਇਹੀ ਵਿਸ਼ਵਾਸ ਦਵਾਉਣਾ ਗਾ ਵੀ ਅੱਜ ਜਿੰਨੀ ਵੀ ਮੇਰੇ ਨਾਲ ਸੰਗਤ ਆਈ ਆ ਆਪਾਂ ਸਾਰੇ ਢਿੱਲੋਂ ਸਾਹਿਬ ਨੂੰ ਵਿਸ਼ਵਾਸ ਦਵਾਈਏ ਵੀ ਆਉਣ ਵਾਲੀ ਇੱਥੇ ਜਿਹੜਾ ਵਪਾਰ ਮੰਡਲ ਵੀ ਆਇਆ ਆੜ੍ਹਤੀਏ ਵੀ ਆਏ ਆ ਅਤੇ ਕੱਪੜਾ ਐਸੋਸੀਏਸ਼ਨ ਵਾਲੇ ਵੀ ਆਏ ਆ ਪ੍ਰਾਪਰਟੀ ਡੀਲਰ ਵਾਲੇ ਵੀ ਆਏ ਆ ਸਾਰਾ ਵਪਾਰੀ ਵਰਗ ਪ੍ਰਣਾਲੀ ਦਾ ਅੱਜ ਇਕੱਠਾ ਹੋਇਆ ਇਹ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਅੱਜ ਕਿਸਾਨ